ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬੇਸ਼ੁਮਾਰ ਅਥਾ ਅਗੰਤ ਅਤੋਲੈ ਜੋ ਬੁਲਾਵੂੰ ਤਿਉਂ ਨਾਨਕ ਦਾਸ ਬੋਲੈ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਆਨੰਦਮਈ ਕਲਿਆਣਕਾਰੀ ਗੋਦ ਦਾ ਆਨੰਦ ਮਾਣਦੇ ਹੋਏ ਅੱਜ ਫੱਗਣ ਦੀ ਸੰਗਰਾਂਦ ਦੇ ਸ਼ੁਭ ਦਿਹਾੜੇ 'ਤੇ ਸੇਵਾ ਪੰਥੀ ਸੰਪ੍ਰਦਾਇ ਦੇ ਮੁਕਟਮਣੀ ਮਹਾਂਪੁਰਸ਼ ਮਹੰਤ ਤਾਰਾ ਸਿੰਘ ਜੀ, ਮਹੰਤ ਜਵਾਹਰ ਸਿੰਘ ਜੀ, ਸੰਤ ਪ੍ਰਿਤਪਾਲ ਸਿੰਘ ਜੀ ਅਤੇ ਸੰਤ ਅਜੀਤ ਸਿੰਘ ਜੀ ਦੇ ਉੱਦਮ ਵਾਲਨ ਸਹਿਯੋਗੀਆਂ ਦੇ ਉੱਦਮ ਸਦਕੇ ਹਰ ਸਾਲ ਉਹਨਾਂ ਮਹਾਨ ਸ਼ਖਸੀਅਤਾਂ ਦੀ ਯਾਦ ਅਸੀਂ ਸਾਰੇ ਮਿਲ ਕੇ ਸਵੀਕਾਰ ਕਰਦੇ ਹਾਂ। ਸੇਵਾ ਪੰਥੀ ਸੰਪ੍ਰਦਾਇ ਅਤੇ ਗੁਰੂ ਨਾਨਕ ਦਰਘਰ ਦਾ ਇੱਕ ਬੜਾ ਵਿਸ਼ੇਸ਼ ਰਿਸ਼ਤਾ ਹੈ। ਪੁਰਾਣੇ ਬਜ਼ੁਰਗਾਂ ਦਾ ਕਥਨ ਹੈ ਕਿ ਧੰਨ ਧੰਨ ਬਾਬਾ ਜਵਾਹਰ ਸਿੰਘ ਮਹਾਰਾਜ ਨੇ ਬਾਬਾ ਸਾਹਿਬ ਸਿੰਘ ਮਹਾਰਾਜ ਨੂੰ ਦਸਮ ਪਾਤਸ਼ਾਹ ਦਾ ਰੂਪ ਜਾਣ ਕੇ ਹੀ ਪੂਜਿਆ ਸੀ। ਹਰ ਸਮੇਂ ਹਰ ਵਕਤ ਭਾਵੇਂ ਆਪਣੇ ਡੇਰਿਆਂ 'ਤੇ ਰਹਿਣਾ ਪਰ ਲਿਵ ਉਹਨਾਂ ਦਾ ਮਨ ਉੱਥੇ ਬਾਬਾ ਸਾਹਿਬ ਸਿੰਘ ਮਹਾਰਾਜ ਦੇ ਚਰਨਾਂ 'ਚ ਹੀ ਜੁੜਿਆ ਰਿਹਾ। ਜੀਵਨ 'ਤੇ ਵਕਫ ਸਭ ਕਰ ਦਿੰਦੇ ਨੇ ਪਰ ਇਹ ਭਾਵਨਾ ਰੱਖਣੀ ਕਿ ਜੋ ਮੈਂ ਸੰਸਾਰ ਤੋਂ ਜਾਵਾਂ ਤਾਂ ਮੇਰਾ ਸਰੀਰ ਵੀ ਉਸ ਚਰਨਾਂ ਵਿੱਚ ਭੇਟ ਕਰੋ ਜਿੱਥੇ ਮੇਰਾ ਮੁਰਸ਼ਿਦ ਵੱਸਦਾ ਹੈ। ਉਹ ਵੀ ਬੜੇ ਪ੍ਰਾਤਨ ਇਤਿਹਾਸਿਕ ਦਿਹਾੜੇ ਨੇ। ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ ਜਦੋਂ ਬਾਬਾ ਦਵਿੰਦਰ ਸਿੰਘ ਮਹਾਰਾਜ ਦੇ ਸਮੇਂ ਜਦੋਂ ਮਹਾਂਪੁਰਸ਼ਾਂ ਨੇ ਚੱਲ ਕੇ ਉਹਨਾਂ ਸਾਹਿਬ ਵੀ ਜਾਣਾ ਕਿਲ੍ਹੇ ਸਾਰੇ ਬਾਬਾ ਬਿਕਰਮਾ ਸਿੰਘ ਮਹਾਰਾਜ ਦੀ ਬਗਾਵਤ ਸਮੇਂ ਬਾਬਾ ਜੀ ਨਜ਼ਰਬੰਦ ਔਰ ਉਹਨਾਂ ਸਾਹਿਬ ਦੇ ਕਿਲ੍ਹੇ ਟਾਟਰ ਦੀ ਢੇਰੀ ਕਰ ਦਿੱਤੇ ਗਏ ਔਰ ਉਹਨਾਂ ਸਾਹਿਬ ਦੀ ਧਰਤੀ ਤੋਂ ਬਾਬਿਆਂ ਨੂੰ ਜ਼ਿਲ੍ਹਾ ਵਲਪਤ ਨਹੀਂ ਸੀ, ਉੱਥੇ ਆਉਣ ਦਾ ਹੁਕਮ ਨਹੀਂ ਸੀ। ਉਹਨਾਂ ਸਮਿਆਂ ਵਿੱਚ ਮਹੰਤ ਜਵਾਹਰ ਸਿੰਘ ਜੀ ਨੂੰ ਆਪਣੇ ਘਰ ਦਾ ਕੋਈ ਫਿਕਰ ਨਹੀਂ ਸੀ ਪਰ ਫਿਕਰ ਇੱਕੋ ਹੀ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਦੀ ਸੋਚ ਗੁਰੂ ਨਾਨਕ ਘਰ ਦੇ ਜੋ ਕਹਿਰ ਦਾ ਸਮਾਂ ਬਣਿਆ ਉਹਨਾਂ ਦਰਾਂ ਨੂੰ ਆਬਾਦ ਰੱਖਣ ਦੇ ਵਾਸਤੇ ਮਹੰਤ ਸਾਹਿਬ ਨੇ ਜਾਣਾ। ਕਈ ਕਈ ਦਿਨ ਜਾ ਕੇ ਉਹਨਾਂ ਸਾਹਿਬ ਦੀ ਧਰਤੀ 'ਤੇ ਜਪ ਤਪ ਦਾ ਸਮਾਂ ਬਿਤਾਉਣਾ ਕੋਈ ਆਪਣੇ ਵਾਸਤੇ ਨਹੀਂ ਸੀ ਜਪ ਤਪ,
ਕਈ ਪੁਰਾਣੇ ਬਜ਼ੁਰਗ ਦੱਸਦੇ ਨੇ ਕਈ ਕਈ ਸਮੇਂ ਖੰਡਰਾਤ ਕਿਲਿਆਂ ਦੇ ਵਿੱਚ ਜਾ ਕੇ ਸਮੇਂ ਬਿਤਾਉਣੇ, ਇੱਕ ਲੱਤ ਦੇ ਭਾਰ ਖੜੋ ਕੇ ਵੀ ਜਾਪ ਕਰਨੇ। ਔਰ ਅਰਦਾਸ ਇੱਕੋ ਹੀ ਸੀ ਕਿ ਭਾਈ ਗੁਰੂ ਨਾਨਕ ਸਾਹਿਬ ਜੀ, ਇਹ ਸਤਿਗੁਰੂ ਤੇਰਾ ਦਰ ਹੈ, ਤੇਰਾ ਘਰ ਹੈ, ਇਹ ਦਰਵਾਜ਼ੇ ਇਹ ਦਰ ਦੇ ਬੂਹੇ ਬੰਦ ਚੰਗੇ ਨਹੀਂ ਲੱਗਦੇ, ਕਿਰਪਾ ਕਰ ਇਸ ਘਰ ਨੂੰ ਮੁੜ ਆਬਾਦ ਕਰ। ਇੱਥੇ ਬਸ ਸ੍ਰੀ ਮਹੰਤ ਸਤਨਾਮ ਸਿੰਘ ਜੀ ਦੱਸਦੇ ਹੁੰਦੇ ਸਨ ਕਿ ਸਾਡੀਆਂ ਵਿਚਾਰਾਂ ਕੁਛ ਹੋਰ ਸਨ, ਨਵੇਂ ਨਵੇਂ ਅਸੀਂ ਗੁਰੂ ਘਰ ਵਿੱਚ ਆਏ ਸਾਂ ਅਤੇ ਸਾਡੇ ਮਨਾਂ ਵਿੱਚ ਪਾਲਸਾਰ ਜਵਾਹਰ ਸਿੰਘ ਦੇ ਮਨ ਵਿੱਚ ਇੱਕੋ ਹੀ ਹੁੰਦਾ ਸੀ, ਧੰਨ ਧੰਨ ਬਾਬਾ ਸਾਹਿਬ ਸਿੰਘ ਤੇਰੀ ਮਹਿਮਾ ਕਹੀ ਨਾ ਜਾਏ, ਧੰਨ ਧੰਨ ਬਾਬਾ ਸਾਹਿਬ ਸਿੰਘ ਤੇਰੀ ਬਖਸ਼ਿਸ਼ ਤੇਰੀ ਰਹਿਮਤ। ਯਮਾਂ ਤੋਂ ਵੀ ਤੁਸੀਂ ਛੁਡਾਉਣਾ ਹੈ ਇਸ ਸੰਸਾਰ ਵਿੱਚ ਵੀ ਅਤੇ ਆਉਣ ਦੇ ਸਮੇਂ ਵਿੱਚ ਵੀ, ਅਤੇ ਮਨ ਵਿੱਚ ਸਾਡੇ ਕੁਛ ਵਿਚਾਰ ਉੱਠਣੇ ਕਿ ਕੀ ਹੈ, ਬਾਬਾ ਸਾਹਿਬ ਸਿੰਘ ਨੂੰ ਹਰ ਟਾਈਮ ਹੀ ਯਾਦ ਕਰਦੇ ਨੇ, ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੀ ਬਰਕਤ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੀਆਂ ਬਖਸ਼ਿਸ਼ਾਂ ਸਾਡੇ ਘਰ ਝੋਲੀਆਂ 'ਚ ਗੁਰੂ ਨਾਨਕ ਨੇ ਪਾਈਆਂ ਨੇ, ਅਤੇ ਦੱਸਦੇ ਸਨ ਜਿਹੜੇ ਸਾਡੇ ਮਨ ਦੀਆਂ ਨਾਸਤਿਕ ਭਾਵਨਾਵਾਂ ਸਨ। ਅਸੀਂ ਕਈ ਵਾਰੀ ਮਹੰਤ ਸਾਹਿਬ ਨਾਲ ਵਿਚਾਰਾਂ ਕਰਨੀਆਂ, 47 ਦੇ ਸਮੇਂ ਦੀਆਂ ਵਿਚਾਰਾਂ ਕਰਨੀਆਂ ਕਿ ਇੱਕ ਦਿਨ ਜਦੋਂ ਸਾਡਾ ਡੇਰਾ ਮਿੱਠਾ ਟਵਾਣਾ ਘੇਰੇ 'ਚ ਆ ਗਿਆ, ਮੁਸਲਮਾਨ ਨੰਗੀਆਂ ਕਿਰਪਾਰਾਂ ਲੈ ਕੇ ਸਾਡੇ ਡੇਰਿਆਂ ਦੇ ਸਾਰੇ ਪਾਸੇ ਖੜੋ ਗਏ ਅਤੇ ਸਾਡੇ ਸਾਹਮਣੇ ਮੌਤ ਖੜੀ ਸੀ, ਅਤੇ ਅਸੀਂ ਬਾਬਾ ਸਾਹਿਬ ਸਿੰਘ ਨੂੰ ਅਤੇ ਬਾਬਾ ਜਵਾਹਰ ਸਿੰਘ ਮਹਾਰਾਜ ਦੀ ਜੋ ਇਬਾਦਤ ਸੀ ਉਸ ਨੂੰ ਵੰਗਾਰਿਆ, ਕਹਿ ਲੈ ਮਹਾਂਪੁਰਸ਼ ਮਹਾਂਪੁਰਸ਼ ਆ ਲਓ, ਮੌਤ ਸਾਡੇ ਸਿਰਹਾਣੇ ਆ ਕੇ ਖੜੋ ਗਈ ਹੈ, ਜੇ ਤੇਰਾ ਮੁਰਸ਼ਦ ਹੈ ਤਾਂ ਅੱਜ ਸਾਡੀ ਜਾਨ ਬਚਵਾ ਦੇ, ਕਹਿ ਬਾਬੇ ਸਾਹਿਬ ਸਿੰਘ ਨੂੰ ਸਾਡੀ ਜਾਨ ਬਖਸ਼ੇ। ਦੱਸਦੇ ਨੇ ਕਿ ਬਾਬਾ ਪੰਥ ਜਵਾਹਰ ਸਿੰਘ ਜੀ ਡੇਰੇ ਦੇ ਛੱਤ 'ਤੇ ਜਾ ਕੇ ਖਲੋ ਗਏ, ਉਹਨੇ ਸਭ ਵੱਲ ਮੂੰਹ ਕਰਕੇ ਕਹਿਣ ਲੱਗੇ, ਬਾਬਾ ਸਾਹਿਬ ਸਿੰਘ ਅੱਜ ਤੇਰੇ ਮੁਰੀਦ ਦਾ ਇਮਤਿਹਾਨ ਹੈ, ਕਿਰਪਾ ਕਰ ਸਾਨੂੰ ਅੱਜ ਇਸ ਅੱਗ ਤੋਂ ਬਚਾ ਲੈ, ਨਹੀਂ ਤਾਂ ਤੈਨੂੰ ਕਿਸੇ ਨੇ ਬਾਬਾ ਸਾਹਿਬ ਸਿੰਘ ਨਹੀਂ ਕਹਿਣਾ, ਇਹ ਮਨ ਦੇ ਬਚਨ ਸਨ। ਅਰਦਾਸ ਕਰਕੇ ਨੀਚੇ ਉਤਰੇ, ਕਹਿੰਦੇ ਚੰਦ ਮਿੰਟ ਵਿੱਚ ਮਿਲਟਰੀ ਆਈ ਅਤੇ ਸਾਡੇ ਸਾਰੇ ਡੇਰੇ ਦੇ ਸਿੰਘਾਂ ਨੂੰ ਨਾਲ ਲੈ ਕੇ ਸਾਨੂੰ ਅੰਮ੍ਰਿਤਸਰ ਦੀ ਧਰਤੀ 'ਤੇ ਲਿਆ ਕੇ ਛੱਡ ਗਏ, ਅਤੇ ਬਾਬਾ ਬਿਕਰਮ ਸਿੰਘ ਮਹਾਰਾਜ ਜਿੱਥੇ ਬਾਬਾ ਮਹਾਰਾਜ ਨੇ 14 ਸਾਲ ਆਪਣੀ ਨਜ਼ਰਬੰਦੀ ਕੱਟੀ ਸੀ ਉਸ ਅਸਥਾਨ 'ਤੇ, ਪੁਰਾਣੀ ਕਣਕ ਮੰਡੀ ਵਿੱਚ ਅੱਜ ਵੀ ਅਸਥਾਨ ਮੌਜੂਦ ਹੈ, ਉੱਥੇ ਰਹਿ ਕੇ ਕੁਛ ਸਮਾਂ ਬਿਤਾਇਆ। ਉਸ ਤੋਂ ਬਾਅਦ ਇਹ ਡੇਰਾ ਆਬਾਦ ਕੀਤਾ ਅਤੇ ਉਹਨਾਂ ਸਾਹਿਬ ਦੀਆਂ ਬਰਕਤਾਂ ਅਤੇ ਰਹਿਮਤਾਂ ਨੂੰ ਮੁੜ ਬਹਾਲ ਕਰਨ ਲਈ ਆਪਣੇ ਜੀਵਨ ਦੀਆਂ ਸਮੇਂ ਬਿਤਾਏ। ਰੁਝੇਵੇਂ ਵੀ ਬੜੇ ਨੇ ਕੁਛ ਐਸੇ ਕਾਰਜ, ਜਿਵੇਂ ਭਾਈ ਬਹਾਦਰ ਸਿੰਘ ਜੀ ਨੇ ਦੱਸਿਆ ਕਿ ਬਾਬਾ ਸਾਹਿਬ ਸਿੰਘ ਮਹਾਰਾਜ ਦਾ ਅਵਤਾਰ ਪੁਰਵਾ ਰਿਹਾ, ਔਰ ਉਸ ਦੇ ਸਮੇਂ ਦੇ ਸੰਗਤਾਂ ਦੇ ਮਨ ਦੇ ਭਾਵਨਾਵਾਂ ਨੇ, ਗਰੀਬ ਸੰਗਤਾਂ ਪਿੰਡਾਂ 'ਚ ਕਿਤੇ ਕਿਤੇ ਪਾਕਿਸਤਾਨ ਦੇ ਬਾਰਡਰ ਵੱਲ ਵੀ ਬੇਅੰਤ ਸੰਗਤਾਂ ਬੈਠੀਆਂ ਨੇ, ਜੋ ਕਦੀ ਬਾਬਿਆਂ ਨੂੰ ਕੜਾਹਾਂ 'ਚ ਬਿਠਾ ਕੇ ਦਰਿਆ ਪਾਰ ਕਰਦੀਆਂ ਸਨ, ਬੜੀਆਂ ਪਿਆਰ ਵਾਲੀਆਂ ਸੰਗਤਾਂ ਨੇ ਸਾਰੇ ਪਿੰਡਾਂ ਵਿੱਚ, ਉਹ ਵੀ ਪੁਰਬ ਮਨਾਉਂਦੇ ਨੇ, ਉੱਥੇ ਵੀ ਜਾਣ ਦਾ ਸੁਭਾਗ ਬਣਦਾ ਹੈ। ਪਰ ਇਸ ਘਰ ਦੀ ਆਵਾਜ਼
ਜਿੱਥੇ ਅਸੀਂ ਆਪਣਾ ਬਚਪਨ ਵੀ ਬਿਤਾਇਆ ਇਸੇ ਦਿਨਾਂ 'ਤੇ, ਜਦੋਂ ਮੁਕੱਦਮੇ 14 ਸਾਲ ਦੇ ਮੁਕੱਦਮੇ ਹੁਸ਼ਿਆਰਪੁਰ ਦੀ ਕਚਹਿਰੀ ਵਿੱਚ, ਬਜ਼ੁਰਗ ਸਾਡੇ ਕਚਹਿਰੀਆਂ ਵਿੱਚ, ਅਤੇ ਮਹੰਤ ਸਾਹਿਬ ਲੰਗਰ ਰਿਕਸ਼ੇ 'ਤੇ ਲੱਗ ਕੇ ਬਾਬਾ ਜੀ ਦੇ ਪਿੱਛੇ ਪਿੱਛੇ ਚਲੇ ਹੋਏ। ਅਰਦਾਸ ਦੀ ਆਮਦ ਸੰਸਾਰ ਵਿੱਚ, ਅਰਦਾਸ ਬੇਨਤੀਆਂ ਉਹਨਾਂ ਦੀਆਂ, ਉਹਨਾਂ ਦੇ ਸਦਕੇ ਅਸੀਂ ਸੰਸਾਰ ਵਿੱਚ ਆਏ। ਔਰ ਉਹ ਵੀ ਦਿਸ਼ ਸੰਗਤਾਂ ਦਰਸਾਉਂਦੀਆਂ ਨੇ ਕਿ ਮਹੰਤ ਸਾਹਿਬ ਨੇ ਗੁਲਾਲ ਲੈ ਕੇ ਸਾਰੇ ਸ਼ਹਿਰ ਵਿੱਚ ਜਾ ਕੇ ਸੰਗਤਾਂ 'ਤੇ ਗੁਲਾਲ ਪਾਤਾ ਕਿ ਅੱਜ ਮੇਰਾ ਗੁਰੂ ਨਾਨਕ ਦੇ ਘਰ ਵਿੱਚ ਰੋਸ਼ਨੀ ਮੁੜ ਆਬਾਦ ਹੋ ਰਹੀ ਹੈ। ਅਤੇ ਕਿਸੇ ਨੇ ਗੁੱਸਾ ਵੀ ਕਰਨਾ ਨਾ ਮੇਰੇ 'ਤੇ, ਰੰਗ ਸਿਰ 'ਤੇ ਤੱਕ ਸੋਲੋ 100 ਰੁਪਇਆ ਕੱਢਣ ਲੈ ਵੀ ਸਫਾਈ ਕਰ ਲਈ। ਸੋ ਇਹ ਪਿਆਰ ਦੇ ਰਿਸ਼ਤੇ, ਨੌ ਔਰ ਮਾਸ ਦੇ ਰਿਸ਼ਤੇ ਨੇ ਜਿਨ੍ਹਾਂ ਨੂੰ ਮੁੱਖ ਰੱਖ ਕੇ ਆਪਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ ਭਾਈ। ਮਕਸਦ ਇਹਨਾਂ ਦਰਾਂ ਦਾ ਕੇਵਲ ਇੱਕੋ ਹੀ ਹੈ ਕਿ ਇਨਸਾਨੀ ਜ਼ਿੰਦਗੀ ਨੂੰ ਆਪਣੇ ਜੀਵਨ ਦਾ ਮਕਸਦ ਸਮਝ ਆ ਜਾਏ। ਅੱਜ ਵਿਖਰੇਵਾਂ ਹੈ ਸੰਸਾਰ ਵਿੱਚ, ਕੋਈ ਆਪਣੇ ਆਪ ਨੂੰ ਇੱਕ ਤਾਂ ਚਾਰ ਅੱਖਰ ਕਹਿਣੇ ਆ ਕੇ ਬੰਦਾ ਕਹਿੰਦਾ ਮੇਰੇ ਵਰਗਾ ਤਾਂ ਵਿਦਵਾਨ ਹੀ ਕੋਈ ਨਹੀਂ ਹੈ। ਜੇ ਸੰਸਾਰਕ ਚੌਧਰ ਰਾਜ ਹੈ ਤਾਂ ਕਹਿੰਦਾ ਮੈਂ ਹੀ ਅੱਜ ਰੱਬ ਹਾਂ। ਅਤੇ ਪਤਾ ਉਦੋਂ ਹੀ ਲੱਗਦਾ ਕਿ ਜਦੋਂ ਕਹਿੰਦੇ ਨੇ ਕਿ ਭਾਈ ਚੰਗਾ ਭਲਾ ਸੀ ਕੱਲ੍ਹ ਬੋਲਦਾ ਹੁਣ ਕੀ ਹੋ ਗਿਆ। ਇਹ ਤਾਂ ਪਰਮੇਸ਼ੁਰ ਦੀ ਖੇਡ ਹੈ ਭਾਈ। ਕਿਤਨੇ ਸਵਾਸ ਇਨਸਾਨੀ ਜ਼ਿੰਦਗੀ ਨੇ ਇਸ ਸੰਸਾਰ 'ਤੇ ਆ ਕੇ ਬਿਤਾਉਣੇ ਨੇ, ਇਹਦੇ ਪਿੱਛੇ ਵੀ ਇੱਕ ਮਕਸਦ ਹੈ ਨਾ। ਜੇ ਉਧਰ ਦੀ ਅੱਗ ਤੋਂ ਬਚਾ ਕੇ ਇਨਸਾਨੀ ਜ਼ਿੰਦਗੀ 'ਚੋਂ ਸ੍ਰੇਸ਼ਟ ਜੂਨੀ ਵਿੱਚ ਪ੍ਰਵੇਸ਼ ਕਰਾਇਆ ਹੈ ਗੁਰਸਿੱਖ ਨੂੰ ਕੇਵਲ ਇੱਕੋ ਹੀ ਕਰਮ ਦੇ ਲਈ ਕਿ ਭਾਈ ਗੁਰਮੁਖਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਤੇਰੇ ਅੰਦਰ ਮੈਲ ਭਰੀ ਹੈ, ਜਿਸ ਕਰਕੇ ਤੂੰ ਪਤਾ ਨਹੀਂ ਕਿਹੜੀ ਕਿਹੜੀ ਜੂਨੀਆਂ 'ਚ, ਪਰ ਤੂੰ ਹੁਣ ਜੋਦੜੀ ਉਹ ਤਰਲੇ ਕਰਦਾ ਹੈ ਕਿ ਚੱਲ ਭਾਈ ਤੈਨੂੰ ਮੈਂ ਸੰਸਾਰ ਵਿੱਚ ਉਸ ਉਹਨਾਂ 84 ਲੱਖ ਜੂਨਾਂ ਦੀ ਸਰਦਾਰੀ ਬਖਸ਼ ਕੇ ਤੈਨੂੰ ਸੰਸਾਰ 'ਤੇ ਭੇਜਦਾ ਜਾ। ਪਰ ਨਾਲ ਆਦੇਸ਼ ਵੀ ਦੇ ਦਿੱਤਾ ਕਿ ਗੁਰਮੁਖਾ ਸੋ ਕਿਤ ਕਰ ਜਿਤ ਮੈਲ ਨਾ ਲਾਗੇ। ਉਹ ਕਰਮ ਨਾ ਕਰੀ ਜਿਹਦਾ ਪਹਿਲਾਂ ਹੀ ਮੈਲ ਬਹੁਤ ਹੈ, ਉਦੋਂ ਬਦਲ ਤੂੰ ਵੀ ਕਰਾਈ ਅਤੇ ਕਰਾਂ ਕਿ ਹਰ ਕੀਰਤਨ ਮੈਂ ਇਹ ਮਨ ਜਾਗੇ। ਸਰੀਰ ਜਾਗਣਾ, ਸਰੀਰ ਤਾਂ ਜਾਗਿਆ ਹੋਇਆ, ਪਰ ਜੇ ਮਨ ਹੀ ਸੁੱਤਾ ਹੋਇਆ ਤਾਂ ਫਿਰ ਜਿੰਨੇ ਮਰਜ਼ੀ ਕੀਰਤਨ ਸੁਣ ਲਈਏ, ਜਿੰਨੇ ਮਰਜ਼ੀ ਗੁਰਦੁਆਰਾਂ 'ਤੇ ਦਲੀਜਾਂ ਕਸਾ ਦਈਏ, ਨੱਕ ਰਗੜ ਰਗੜ ਕੇ, ਪਰ ਜੋ ਅਸਲੀ ਖੇਡ ਹੈ ਜੋ ਮਾਲਕ ਨੇ ਬਖਸ਼ੀ ਹੈ ਗੁਰੂ ਸਵਾਰੀ, ਉਹ ਇਹਨਾਂ ਮਹਾਂਪੁਰਸ਼ਾਂ ਨੇ, ਇਹਨਾਂ ਦਰਾਂ ਨੇ ਹਰ ਪ੍ਰਾਣੀ ਨੂੰ, ਵਿਸ਼ੇਸ਼ ਕਰਕੇ ਕੋਈ ਕਿੱਡਾ ਵੱਡਾ ਕਿਉਂ ਨਾ ਹੋਏ, ਮਹੰਤ ਜਵਾਹਰ ਸਿੰਘ ਮਹਾਰਾਜ ਨੇ, ਭਾਵੇਂ ਕੋਈ ਰਾਜਾ ਫਕੀਰ, ਕਿੱਡਾ ਵੱਡਾ ਕੋਈ ਆਤਮਾਵਾਂ ਕਿਉਂ ਨਾ ਹੋਣ, ਹਰ ਇੱਕ ਨੂੰ ਇੱਕੋ ਹੀ ਕਹਿਣ ਪੁੱਛਣਾ, ਭਾਈ ਤੂੰ ਜਪਜੀ ਦਾ ਜਾਪ ਕਰਦਾ, ਗੁਰੂ ਦੀ ਕੋਈ ਬਾਣੀ ਪੜ੍ਹਦਾ, ਜੇ ਨਹੀਂ ਪੜ੍ਹਨਾ ਤੇ ਚੱਕੋ ਹਾਸਲ ਕਰਨਾ ਤਾਂ ਹੁਣ ਪੜ੍ਹਨਾ ਆਰੰਭ ਕਰ ਦੇ, ਕਿਉਂਕਿ ਤੂੰ ਆਇਆ ਸੰਸਾਰ 'ਤੇ ਇੱਕੋ ਹੀ ਕਰਮ ਲਈ ਆਇਆ, ਇੱਕੋ ਹੀ ਕਰਮ ਦੇ ਲਈ ਆਇਓ, ਸੁਣਨ ਪੜ੍ਹਨ ਕੋ ਬਾਣੀ। ਹਰ ਸੰਗਰਾਂਦ ਦੇ ਦਿਹਾੜੇ 'ਤੇ ਮਹੰਤ ਸਾਹਿਬ ਦੇ ਉਦਮ ਸਦਕੇ, ਗੁਰੂ ਕੇ ਕੀਰਤਨੀ ਦਰਬਾਰ ਸਾਹਿਬ ਦੇ, ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ ਤੋਂ ਬੇਅੰਤ ਗੁਰੂ ਕੇ ਲਾਲ, ਗੁਰੂ ਕੇ ਸਿੱਖ ਆਪ ਕੋ ਗੁਰੂ ਕੀ ਬਾਣੀ ਨਾਲ ਜੋੜਦੇ ਨੇ। ਔਰ ਇਸ ਦਰ ਤੋਂ ਆਪ ਨੂੰ ਬਹੁਤ ਕੁਛ ਪ੍ਰਾਪਤ ਹੁੰਦਾ ਹੈ, ਕਿਉਂਕਿ ਮੈਂ ਕੁਛ ਸਮਝਾਉਣ ਦੀ ਲੋੜ ਨਹੀਂ ਬਣਦੀ ਕਿ ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਵ, ਜਿਨ੍ਹਾਂ ਦੇ ਪਹਿਲੇ ਹੀ ਮਨ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ। ਪਰ ਨਹੀਂ ਗੁਰਮੁਖ ਪਿਆਰਿਓ, ਕਈ ਐਸੇ ਹੁੰਦੇ ਨੇ ਜੇ ਹਲੀ ਨਹੀਂ ਜੋੜਦੇ, ਸਾਡੇ ਜੀਵਨ 'ਤੇ ਬੀਤ ਜਾਣੇ ਨੇ। ਮੈਨੂੰ ਇੱਕ ਚਿੰਤਾ ਹੈ, ਅੱਜ ਸਾਡੀ ਨੌਜਵਾਨੀ ਦੀ ਚਿੰਤਾ ਹੈ, ਨੌਜਵਾਨੀ ਸਾਡੀ ਕਿਤੇ ਗੁਰੂ ਘਰ ਵਿੱਚ ਜਾਣ ਤੋਂ ਹੀ ਮੁਨਕਰ ਹੋ ਜਾਂਦੀ। ਕਈ ਸਵਾਲ ਨੇ, ਕਈ ਜਵਾਬ ਨੇ,
ਉਹਨਾਂ ਦੇ ਸਵਾਲਾਂ ਦੇ ਜਵਾਬ ਸਾਡੇ ਆਪਣੇ ਘਰਾਂ ਵਿੱਚ ਨਹੀਂ ਨੇ, ਇਹ ਸਵਾਲ ਸਾਨੂੰ ਘਰੋਂ ਮਿਲਦੇ ਸਨ ਨਾ। ਪੁਰਾਣੇ ਬਜ਼ੁਰਗ, ਪੁਰਾਣੀਆਂ ਆਤਮਾਵਾਂ ਜਨਮੇ ਬਚਪਿਆਂ ਨੂੰ ਗੁਰੂ ਦੀਆਂ ਪਰੰਪਰਾਵਾਂ ਅਨੁਸਾਰ ਜੀਵਨ ਜਿਉਣ ਦਾ ਰਾਹ ਦਿਖਾਉਂਦੀਆਂ ਸਨ। ਗੁੜਤੀ ਦੀ ਰਸਮ ਸ਼ਾਇਦ ਅੱਜ ਵੀ ਹੋਵੇ, ਪਤਾ ਨਹੀਂ, ਕਈ ਘਰਾਂ 'ਚ ਤਾਂ ਉਹ ਹੀ ਖਤਮ ਹੋ ਗਈ, ਹੁਣ ਤਾਂ ਨਾਚ ਗਾਣਿਆਂ 'ਚ ਹੀ ਖੁਸ਼ੀ ਮਨਾ ਲਈਦੀ, ਪੁੱਤਰ ਘਰ ਵਿੱਚ ਆਇਆ। ਗੁਰਮਤੀ ਸੋਝੀ ਸਿਆਣੀ ਦਾਦੀ ਮਾਂ ਨੂੰ ਬੁਲਾ ਕੇ ਕਿਹਾ ਜਾਂਦਾ ਸੀ, ਮਾਤਾ ਇਸ ਬੱਚੇ ਦੇ ਮੁੱਖ ਨੂੰ ਸੰਸਾਰਕ ਪਦਾਰਥ ਲਾਏ ਜਾਣੇ ਨੇ, ਕਿਰਪਾ ਕਰ ਇਹਦੇ ਮੁੱਖ ਨੂੰ ਕੁਛ ਦਾਤ ਬਖਸ਼। ਅਤੇ ਮਾਤਾ ਨੇ ਛੋਟੀ ਕਟੋਰੀ ਲੈ ਲੈਣੀ, ਮੈਨੂੰ ਆਪਣਾ ਪਤਾ ਹੈ, ਛੋਟਾ ਜਿਹਾ ਸਾਡੀ ਉਮਰ ਦੀ, ਛੋਟੇ ਬਚਪਨ ਦੀਆਂ ਗੱਲਾਂ ਨੇ। ਕਟੋਰੀ ਵਿੱਚ ਜਲ ਪਾ ਲੈਣਾ ਅਤੇ ਛੋਟੀ ਕਿਰਪਾਨ ਲੈ ਕੇ ਇੱਕ ਪਤਾਸਾ ਪਾ ਲੈਣਾ, ਅਤੇ ਨਾਲ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਬੱਚੇ ਨੂੰ ਧਰਮ ਦੇ ਸੰਸਕਾਰ ਜਨਮ ਸਮੇਂ ਪ੍ਰਦਾਨ ਹੁੰਦੇ ਸੀ। ਇੱਥੇ ਵੱਸ ਰਹੇ ਸੀ ਸਾਡੀਆਂ ਮਾਤਾਵਾਂ ਨੇ ਆਪਣੇ ਨਿਤਨੇਮ ਕਰਨੇ, ਬੱਚਿਆਂ ਨੂੰ ਗੋਦ ਵਿੱਚ ਲੈ ਕੇ ਬੈਠ ਜਾਣਾ। ਅੱਜ ਸਾਡੇ, ਮਾਫ ਕਰਨਾ, ਸਾਡੇ ਘਰਾਂ ਵਿੱਚ ਇਹ ਵੀ, ਅੱਜ ਆਪਣੀ ਗੋਦ ਵੀ ਨਹੀਂ ਅਸੀਂ ਬਖਸ਼ਣ ਨੂੰ ਤਿਆਰ ਆਪਣੇ ਬੱਚਿਆਂ ਨੂੰ, ਐਸੇ ਸਮੇਂ ਬਣ ਗਏ ਨੇ। ਬੜੇ ਭਿਅੰਕਰ ਸਮਾਂ ਹੈ, ਕਲਯੁੱਗ ਆਪਣੇ ਜ਼ੋਰਾਂ 'ਤੇ ਹੈ। ਫਿਰ ਉਸ ਮਾਂ ਨੇ ਆਪਣਾ ਨਿਤਨੇਮ ਕਰਨਾ, ਉੱਚੀ ਉੱਚੀ ਗੁਰੂ ਕੀ ਬਾਣੀ ਬੱਚੇ ਦੇ ਕੰਨਾਂ ਰਾਹੀਂ ਉਹਦੇ ਸਰੀਰ ਵਿੱਚ ਪ੍ਰਵੇਸ਼ ਕਰਨੀ, ਫਿਰ ਹੋਸ਼ ਸੰਭਾਲਣੀ ਬੱਚੇ ਨੇ, ਅਤੇ ਗੁਰੂ ਕੀਆਂ ਸਾਖੀਆਂ ਸੁਣਾ ਕੇ। ਗੁਰਸਿੱਖੀ ਦੀ ਪਰਪੱਕਤਾ ਬਚਪਨ ਵਿੱਚ ਘਰੋਂ ਸਾਨੂੰ ਪ੍ਰਦਾਨ ਹੁੰਦੀ ਸੀ, ਕਿ ਅੱਜ ਇਹ ਪ੍ਰਦਾਨ ਹੁੰਦੀ ਹੈ ਕਿ ਨਹੀਂ ਹੈ। ਮਹਾਂਪੁਰਸ਼ਾਂ 'ਤੇ ਜਾਈਦਾ, ਦੰਦੇਰਾਂ 'ਤੇ ਜਾਂਦੇ ਨੇ ਕਈ ਪੁਰਾਣੀ, ਬਾਬਾ ਜੀ ਗੁਰੂ ਘਰ ਵਿੱਚ ਪੁੱਤਰ ਵੀ ਬਖਸ਼ਿਆ, ਪਰ ਉਹ ਤਾਂ ਮੇਰੇ ਆਖੇ 'ਚ ਨਹੀਂ। ਅਤੇ ਮਾਂ ਨੂੰ ਪੁੱਛੀਏ ਕਿ ਪਰ ਬੱਚੇ, ਤੂੰ ਇਸ ਨੂੰ ਕਿਤੇ ਉਸ ਰਾਹ 'ਤੇ ਚਲਾਇਆ ਸੀ, ਇਹਨੂੰ ਸਮਝਾਇਆ ਸੀ ਕਿ ਜੀਵਨ ਦਾ ਮਕਸਦ ਕੀ ਹੈ? ਕੇਵਲ ਸੰਸਾਰਕ ਖੇਡਾਂ ਵਿੱਚ ਤਾਂ ਨਹੀਂ ਬੱਚੇ ਪਾ ਲਏ, ਪਹਿਲੇ ਬੰਦ ਪਾਇਆ ਟੈਲੀਵਿਜ਼ਨ 'ਚ, ਠੀਕ ਹੈ। ਮੈਂ ਨਹੀਂ ਕਹਿੰਦਾ ਨਾ ਵੇਖੋ ਭਾਈ ਗੁਰਮੁਖ, ਠੀਕ ਹੈ, ਗੁਰੂ ਦੀ ਬਣਾਈ ਚੀਜ਼ ਹੈ, ਕਿਤੇ ਕਹਿ ਦਿੰਦੇ ਬਿਲਕੁਲ ਵੀ ਨਾ ਦੇਖੋ, ਪਰ ਠੀਕ ਹੈ, ਬੱਚਿਆਂ ਵਾਸਤੇ ਜੇ ਹੈ ਕੋਈ ਖੇਡ। ਪਰ ਇਹ ਨਹੀਂ ਕਿ ਬੱਚੇ ਦੀ ਸੇਵਾ ਸੰਭਾਲ ਕਰਨ ਦੀ ਬਚਾਏ ਅਸੀਂ ਆਪਣੇ ਬੱਚਿਆਂ ਨੂੰ ਟੀਵੀ ਦੇ ਸਿਰਾਣੇ ਬਿਠਾ ਦਿੰਦੇ, ਚਾਹੇ ਰੋਟੀ ਖਾਣੀ ਹੈ ਉੱਥੇ ਬੈਠ ਕੇ ਖਾਏ। ਆ ਫੋਨਾਂ ਵਿੱਚ ਐਸੀ ਪਰੰਪਰਾ ਚੱਲੀ। ਅੱਜ ਸਮਾਂ ਮੰਗ ਕਰਦਾ ਹੈ ਕਿ ਸਾਨੂੰ ਥੋੜ੍ਹਾ ਹੁਣ ਪਿੱਛੇ ਮੁੜਨਾ ਪੈਣਾ, ਪਿੱਛੇ। ਦੁਨੀਆਂ ਬਹੁਤ ਐਡਵਾਂਸ ਹੋ ਗਈ ਹੈ, ਸਭ ਕੁਝ ਅੱਜ ਫੋਨਾਂ 'ਚ ਪਿਆ ਹੈ। ਗੁਰਮਤਿ ਦੀ ਖੇਡ ਵੀ ਹੈ, ਪਰ ਗੁਰਮਤਿ ਤੋਂ ਤੋੜਨ ਵਾਲਾ ਬੜਾ ਕੁਛ ਹੈ। ਰਾਗੀ ਸਿੰਘ ਐਸੇ ਐਸੇ ਸੰਸਾਰ ਵਿੱਚ ਪ੍ਰਚਲਿਤ ਨੇ। ਇਹ ਗੁਰੂ ਕਾ ਕੀਰਤਨੀਆ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਦਰਾਂ 'ਤੇ ਵੀ ਆਇਆ ਹੋਏਗਾ, ਮੈਂ ਨਾ ਕਾਣੋ ਲੈਣਾ ਉਨਾ ਸਾਹਿਬ ਤੋਂ ਜ਼ਿੰਦਗੀ ਆਰੰਭ ਹੋਈ ਸੀ। ਨਾਨਾ ਜੀ ਬਾਬਾ ਦਵਿੰਦਰ ਸਿੰਘ ਜੀ ਦੇ ਹਜ਼ੂਰੀ ਕੀਰਤਨੀਏ ਸੀ, ਪਹਿਲਾ ਸ਼ਬਦ ਬਾਬਾ ਜੀ ਦੀ ਹਜ਼ੂਰੀ ਵਿੱਚ ਪੜਿਆ। ਅਤੇ ਬੜਾ ਦੁੱਖ ਲੱਗਦਾ ਹੈ ਜਦ ਅੱਜ ਪਹਿਲ ਦੋ ਤਿੰਨ ਟੇਪਾਂ ਮੈਂ ਵੇਖੀਆਂ, ਜਿਸ ਵਿੱਚ ਅਰਦਾਸ ਪ੍ਰਤੀ ਵੀ ਪੁੱਠੇ ਵਿਚਾਰ, ਦਸਮ ਪਾਤਸ਼ਾਹ ਦੀ ਬਾਣੀ ਪ੍ਰਤੀ ਵੀ ਪੁੱਠੇ ਵਿਚਾਰ, ਦਾਤੇ ਦਸਮ ਪਿਤਾ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਉੱਤੇ ਵੀ ਬੜੇ ਵਿਚਾਰ, ਬੜਾ ਮਨ ਨੂੰ ਦੁੱਖ ਲੱਗਦਾ ਹੈ। ਦਾਤਾ ਕਿਰਪਾ ਕਰੇ, ਮਾਲਕ ਰਹਿਮਤ ਕਰੇ, ਇਹਨਾਂ ਦਰਾਂ ਤੋਂ, ਜਿਸ ਦਰਾਂ ਤੋਂ ਸਾਨੂੰ ਗੁਰਮਤਿ ਦੀ ਸੋਝੀ ਪ੍ਰਦਾਨ ਹੁੰਦੀ ਹੈ, ਕੇਵਲ ਆਪਣੇ ਤੱਕ ਸੀਮਤ ਨਾ ਰੱਖੀਏ। ਜੋ ਦਾਤ ਹੈ ਗੁਰੂ ਨਾਨਕ ਦੀ ਬਖਸ਼ੀ ਹੋਈ, ਕਿਵੇਂ ਲੱਭਣੀ ਹੈ, ਕਿੱਥੇ ਲੱਭਣਾ ਹੈ? ਲੱਭਣਾ ਤਾਂ ਉਸ ਮਾਲਕ ਨੂੰ ਹੀ ਹੈ ਨਾ। ਕੋਈ ਵਿਧੀ ਵਿਧਾਨ ਨਹੀਂ ਬਣਾਇਆ, ਜਿਹਨੇ ਪਾਇਆ ਉਹਨੇ ਰੰਗ ਆਪਣਾ ਆਪ ਇਖਤਿਆਰ ਕੀਤਾ ਹੈ। ਕਿਸੇ ਨੇ ਤ੍ਰਾਟਕ ਲਾ ਕੇ ਸੂਰਜ ਨੂੰ ਪਰਮੇਸ਼ੁਰ ਪਾ ਲਿਆ, ਕਿ ਅਸੀਂ ਪਾ ਸਕਦੇ ਹਾਂ? ਨਹੀਂ ਪਾ ਸਕਦੇ, ਕਈ ਨਹੀਂ ਪਾ ਸਕਦੇ। ਕਿਸੇ ਨੇ ਜਲਧਾਰਾਵਾਂ ਕਰਕੇ, ਕਿਸੇ ਨੇ ਭੋਰਿਆਂ ਜਾ ਕੇ, ਕਿਸੇ ਨੇ ਘਰ ਬਾਰ ਤਿਆਗ ਕੇ, ਪਰ ਗੁਰੂ ਨਾਨਕ ਕੀ ਆਖਦਾ, ਕਹਿੰਦਾ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ,
ਨਾਲ ਐਡਰੈਸ ਵੀ ਦੱਸ ਦਿੱਤਾ ਕਿੱਥੇ ਉਹ ਬੈਠਾ ਹੈ। ਪੌਪ ਮਦ ਜੋ ਵਾਸ ਵਸਤ ਹੈ ਮੁਕਰਮੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕੱਟ ਹੀ ਖੋਜੋ ਪਾਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਜੇ ਉਹ ਹੈ ਅਤੇ ਤੂੰ ਹੈ ਗੁਰਸਿੱਖਾ ਜੇ ਉਹੀ ਕੂਚ ਕਰ ਗਿਆ ਫਿਰ ਉਹ ਮਾਂ ਵੀ ਨਹੀਂ ਤੈਨੂੰ ਰੋਕ ਸਕਦੀ ਜਿਹਨੇ ਗੁਰੂ ਘਰ ਦੀਆਂ ਦਲੀਜਾਂ ਕਸਾ ਦਿੱਤੀਆਂ ਕਿ ਪੁੱਤਰ ਦਾਤ ਧੀ ਪੁੱਤ ਸੰਸਾਰ ਦੇ ਪਦਾਰਥ ਘਰ ਵਿੱਚ ਖੇਡ ਵਰਤਾ ਬਾਬਿਆ ਉਹ ਵੀ ਕਹਿ ਸਕਦੀ ਉਹ ਨਹੀਂ ਕਹਿ ਸਕਦੀ ਰੋਕ ਲਓ ਮੈਂ ਬੜੀ ਮੁਸ਼ਕਤ ਕੀਤੀ ਹੈ ਜਦੋਂ ਬਾਪੂ ਚਲੇ ਗਿਆ ਅਤੇ ਮਿੱਟੀ ਦੀ ਢੇਰੀ ਅਤੇ ਕਈ ਮਿਲਦੇ ਨੇ ਪ੍ਰਾਣੀ ਕਿ ਬਾਬਾ ਜੀ ਮਾਂ ਬੜੀ ਪਿਆਰੀ ਸੀ ਪਿਓ ਬੜਾ ਪਿਆਰਾ ਸੀ ਪੁੱਤਰ ਬੜਾ ਪਿਆਰਾ ਸੀ ਸੰਸਾਰ ਤੋਂ ਚਲੇ ਗਿਆ ਪਰ ਆ ਕੇ ਹੁਣ ਸੁਪਨੇ 'ਚ ਸਤਾਉਂਦਾ ਹੈ ਅਤੇ ਤਦੇ ਬਾਪੂ ਨੂੰ ਕਹਿਣਾ ਪਿਆ ਨਾ ਹਰ ਬਿਨ ਕੌਣ ਸਹਾਈ ਮਨ ਕਾ ਉਹ ਤੇਰੇ ਅਸਲੀ ਬਾਪੂ ਹੀ ਹੈ ਮਾਤ ਪਿਤਾ ਭਾਈ ਸੁੱਤ ਬੰਤਾ ਹਿੱਤ ਲਾਗੇ ਸਭ ਫਨ ਕਾ ਸਭ ਫਨਾ ਹੋਣ ਵਾਲੀਆਂ ਵਸਤੂਆਂ ਨਾਲ ਪਿਆਰ ਕਰਦਾ ਅੱਜ ਦੀ ਚਿੰਤਾ ਕਿਉਂ ਅਗਲੀ ਚਿੰਤਾ ਕਰ ਕਾਹੇ ਆਗੇ ਕੋ ਕੁਛ ਤੁਲਹਾਬਾਦੀ ਪਤਾ ਹੋਵੇ ਨਾ ਫਲੱਡ ਆਉਣਾ ਹੈ ਤੂਫਾਨ ਆਉਣਾ ਹੈ ਅਤੇ ਬੰਦਾ ਚਾਰ ਤੀਲੇ ਜੋੜ ਕੇ ਬੇੜੀ ਤਿਆਰ ਕਰ ਲੈਂਦਾ ਅਤੇ ਸੰਸਾਰ ਦੇ ਭਵ ਸਾਗਰ ਵਿੱਚ ਗੁਰੂ ਕੀ ਬਾਣੀ ਸਾਡੀ ਬੇੜੀ ਬਣਦੀ ਹੈ ਜੇ ਬਣਾਈਏ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤਵੰਤਾ ਹਿਤ ਲਾਗੇ ਸਭ ਫਨ ਕਾ ਆਗੇ ਕੋ ਕੁਛ ਤੁਲਹਾਬਾਦੀ ਕਿਆ ਪਰਵਾਸਾ ਧਨ ਕਾ ਜਿਹਦਾ ਗਰੂਰ ਹੈ ਇਹਦੀ ਮੰਗ ਹੀ ਇੱਕੋ ਹੀ ਹੈ ਕਿ ਮੈਨੂੰ ਮਾਇਆ ਦੇ ਦੇ ਬਾਬਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਮਾਇਆ ਦੇ ਦੇ ਇਹੀ ਮੰਗ ਹੈ ਨਾ ਸੰਸਾਰਿਕ ਮਾਇਆ ਇਹ ਵੀ ਮਾਇਆ ਹੈ ਕਿਆ ਪਰਵਾਸਾ ਧਨ ਕਿਆ ਵਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ ਚੰਗਾ ਭਲਾ ਸੀ ਗੁਰੂ ਕਰ ਗਿਆ ਕੀ ਹੋ ਗਿਆ ਸੋ ਗੁਰੂ ਸਵਾਰਿਓ ਇਹਨਾਂ ਦਰਾਂ 'ਤੇ ਉਹਨਾਂ ਫਕੀਰਾਂ ਦੀ ਅਸੀਂ ਯਾਦ ਮਨਾ ਰਹੇ ਹਾਂ ਮਹੰਤ ਤਾਰਾ ਸਿੰਘ ਜੀ ਜਿਹਨਾਂ ਨੇ ਆਪਾਂ ਮਾਰਿਆ ਹੋਇਆ ਸਭ ਮਾਰਿਆ ਅੰਦਰ ਆਪ ਗਵਾਈਏ ਤਾਂ ਸ਼ੋਹ ਪਾਈਏ ਆਪਾਂ ਗਵਾਉਣਾ ਬੜਾ ਔਖਾ ਹੈ ਬੜਾ ਔਖਾ ਹੈ ਜਿਹਨੇ ਗਵਾਇਆ ਉਹ ਗੁਰੂ ਨਾਨਕ ਦਾ ਹੀ ਰੂਪ ਬਣ ਗਿਆ ਭਾਈ ਗੁਰੂ ਨਾਨਕ ਨੇ ਤਾਂ ਆਪਣਾ ਹੀ ਬਣਕਾ ਬਣਾਇਆ ਸੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬਖਸ਼ੇ ਨੇ ਸਾਨੂੰ ਇਹ ਤਾਂ ਗੁਰੂ ਨਾਨਕ ਬੈਠਾ ਹੈ ਔਰ ਇਹਨੂੰ ਪਾਉਣ ਦਾ ਢੰਗ ਵੀ ਬਾਬੇ ਨੇ ਕਹਿ ਦਿੱਤਾ ਸੀ ਨਾ ਬਾਬੇ ਨੇ ਤਾਂ ਸਪਸ਼ਟ ਕਰ ਦਿੱਤਾ ਸੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਤੇਰੇ 'ਚ ਔਰ ਮੇਰੇ 'ਚ ਅੰਤਰ ਨਾ ਹੋਵੇ ਜਿਸ ਦਿਨ ਬਾਣੀ ਦਾ ਹੀ ਰੂਪ ਬਣ ਗਿਆ ਫਿਰ ਤੈਨੂੰ ਤਾਂ ਉਹ ਧਰਮ ਰਾਏ ਵੀ ਨਹੀਂ ਰੋਕ ਸਕਦਾ ਭਾਈ ਗੁਰਮੁਖਾ ਬਾਣੀ ਵੀ ਪੜ੍ਹ ਛੱਡੀ ਦੀ ਹੈ ਭਾਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਨ ਕੀ ਤੇਰੀ ਪੜ੍ਹੀਆ ਔਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪਚੁਰੇ ਮਿਲਣਾ ਪੜ੍ਹ ਛੱਡੀ ਦੀ ਹੈ ਕੀ ਅਮਲ ਹੈ ਸਵਾਲ ਹੈ ਕਰੋ ਕਿਆ ਤੇ ਖੱਟਿਆ ਕਾਂ ਗਵਾਇਆ ਸੰਗਤ ਆ ਕੇ ਸਵਾਲ ਪੜ੍ਹੋ ਕਈ ਨਹੀਂ ਕਿਸੇ ਨੂੰ ਮਾਰ ਕੇ ਸੁਣ ਲਈ ਇਹ ਸ਼ਬਦ ਕਈ ਬਹੁਤ ਵਧੀਆ ਹੋ ਗਏ ਨਹੀਂ ਜੀ ਸ਼ਾਮਾਂ ਵੇਲੇ ਅਰਦਾਸ ਵੀ ਕਰੀ ਦੀ ਹੈ ਸਾਮਤ ਦੇ ਦਿਆਲ ਪ੍ਰਭ ਦੇ ਤੁਮੇ ਅਰਾਧਾਂ ਨਾਨਕ ਮੰਗੇ ਦਾਨ ਪ੍ਰਭ ਰੇਣ ਭਗ ਸਾਧਾਂ ਇਹ ਵੀ ਅਰਦਾਸ ਅਮਲ ਕਰਨ ਦੀ ਲੋੜ ਹੈ ਗੁਰਸਿੱਖੋ ਜਿਨ੍ਹਾਂ ਨੇ ਮੱਲਾਂ ਮਾਰੀਆਂ ਸਾਡੇ ਪਿਓ ਦਾਦੇ ਬਜ਼ੁਰਗ ਜਿਨ੍ਹਾਂ ਨੇ ਇਤਿਹਾਸ ਸਿਰਜੇ ਨੇ ਸ਼ਕਤੀ ਕਿਸਦੀ ਸੀ ਗੁਰੂ ਕੀ ਬਾਣੀ ਦੀ ਬੰਦ ਬੰਦ ਕਟਵਾਉਣੇ ਚਰਖੜੀਆਂ 'ਤੇ ਚੜ੍ਹਨਾ ਉਹ ਮਾਵਾਂ ਟੋਟੇ ਕਰਾ ਕੇ ਬੱਚੇ ਝੋਲਿਆਂ 'ਚ ਪਹੁੰਚਣਾ ਜੇ ਅਰਦਾਸ ਨਿੱਤ ਯਾਦ ਕਰਦੇ ਉਹਨਾਂ ਕੋਲ ਸ਼ਕਤੀ ਕਿਹਦੀ ਸੀ ਗੁਰੂ ਕੀ ਬਾਣੀ ਦੀ ਸ਼ਕਤੀ ਹੈ ਗੁਰਸਿੱਖਾ ਬਾਣਾ ਮੁਬਾਰਕ ਹੈ ਮੈਂ ਸਾਰਿਆਂ ਨੂੰ ਕਹਿੰਦਾ ਬਾਣਾ ਮੁਬਾਰਕ ਹੈ ਪਰ ਬਾਣੀ ਔਰ ਬਾਣੀ ਦਾ ਸਮੇਲ ਗੁਰੂ ਗੋਬਿੰਦ ਦਾ ਰੂਪ ਬਣਾਉਂਦਾ ਸਾਨੂੰ ਇਕੱਲਾ ਬਾਣਾ ਨਹੀਂ ਬਣਾਉਂਦਾ
ਜੇ ਬਾਣੀ ਪ੍ਰਕਾਸ਼ਵਾਨ ਹੈ, ਗੁਰੂ ਨਾਨਕ ਨੇ ਤਾਂ ਬੜਾ ਸੱਤ ਬਾਣੀਆਂ ਸਾਨੂੰ ਨਿਤਨੇਮ ਦੀਆਂ ਨੇ, ਭਾਗਾਂ ਵਾਲੇ ਨੇ, ਪਿਓ ਦਾਦੇ ਬਜ਼ੁਰਗ ਤਾਂ 10 ਗ੍ਰੰਥੀ 5 ਗ੍ਰੰਥੀ ਦੀ ਨਿਤਨੇਮੀ ਕਹਿਣਾ ਬੜਾ ਸੌਖਾ ਹੈ। ਢਾਈ ਪੈਰ ਰਾਤ ਰਹਿੰਦੇ ਆ ਸਮਾਧੀ 'ਚ ਲੀਨ ਹੋ ਜਾਣਾ ਪਿਓ ਦਾਦੇ ਬਜ਼ੁਰਗਾਂ ਨੇ, ਕਿਤਨੀ ਬਾਣੀ ਪੜ੍ਹਦੇ, ਕਿੰਨਾ ਕੁਛ ਉਦਾਈ ਰੂਪ ਬਣ ਕੇ ਜਾਂਦੇ ਸੰਸਾਰ ਤੋਂ। ਸੋ ਯਤਨ ਕਰੋ ਗੁਰਮੁਖ ਪਿਆਰਿਓ, ਗੁਰੂ ਨਾਨਕ ਰਹਿਮਤ ਕਰੇ, ਗੁਰੂ ਕਿਰਪਾ ਕਰੇ, ਪਿਛਲਾ ਮਹੀਨਾ ਸੁਖਾਲੀ ਸਵਾਸੀ ਬੀਤਿਆ, ਆਉਣ ਵਾਲਾ ਸਮਾਂ ਵੀ ਬਖਸ਼ਿਸ਼ ਵਾਲਾ ਰਹਿਮਤ ਵਾਲਾ ਵਰਤੇ। ਸੰਸਾਰ ਬੜੇ ਭਿਅੰਕਰ ਸਮੇਂ ਤੋਂ ਗੁਜ਼ਰ ਰਿਹਾ ਹੈ, ਪਰ ਗੁਰੂ ਨਾਨਕ ਦੇ ਸਿੱਖਾਂ, ਗੁਰੂ ਨਾਨਕ ਦੀ ਬਾਣੀ ਸਾਡੇ ਕੋਲ ਹੈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਜੇ ਬਾਬੇ ਦੀ ਬਾਣੀ ਸਾਡੇ ਕੋਲ ਹੈ, ਸਾਡਾ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ। ਸਮੇਂ ਬਣ ਰਹੇ ਨੇ, ਕਈ ਸਮੇਂ ਬੜਾ ਜੀ ਬੜਾ ਭੈੜਾ ਸਮਾਂ ਆ ਗਿਆ ਜੀ, ਪਤਾ ਨਹੀਂ ਕੀ ਹੋਣਾ, ਪਰ ਯਾਦ ਰੱਖੋ ਹਰਜੂ ਹਰਿਮੰਦਰ ਆਵੇਂਗੇ, ਉਹਨੇ ਆਉਣਾ ਹੈ। ਸਮੇਂ ਦਾ ਇੰਤਜ਼ਾਰ ਹੈ, ਸਮਾਂ ਬਣ ਰਿਹਾ ਹੈ। ਜਿਸ ਨੇ ਉਹਦੀ ਫੌਜ ਬਚ ਜਾਣੀ ਨਾ, ਤਾਂ ਕੋਈ ਇੰਗਲੈਂਡ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ, ਕਿਤੇ ਜਾ ਰਿਹਾ, ਕਿਸੇ ਨੂੰ ਵੀ ਕੋਈ ਰੋਕ ਨਹੀਂ ਹੈ, ਸਭ ਜਾ ਰਹੇ ਨੇ। ਉਸ ਧਰਤੀ ਨੂੰ ਛੱਡ ਕੇ ਜਾ ਰਹੇ ਹਾਂ ਅਸੀਂ ਗੁਰਮੁਖ ਪਿਆਰਿਓ, ਕੇਵਲ 4 ਰੋਕੜਿਆਂ ਖਾਤਰ। ਇੱਥੇ ਤਾਂ 4 ਘੰਟੇ ਕੰਮ ਕਰ ਲਓ, ਸਭ ਕੁਝ ਮਿਲਦਾ ਹੈ, ਉੱਥੇ 12-12 ਘੰਟੇ ਜਾ ਕੇ ਦੇਖੋ, ਵਿਦੇਸ਼ਾਂ ਵਿੱਚ ਦਿਨ ਰਾਤ ਕੰਮ ਕਰਨੇ ਨੇ, ਜਵਾਨ ਬੱਚੇ ਮਿਲਦੇ ਨੇ, ਕਾਹ ਤਾਂ ਬਾਬਾ ਜੀ ਮੇਰੇ ਗੋਡੇ ਕੰਮ ਨਹੀਂ ਕਰਦੇ, ਬਾਬਾ ਜੀ ਮੈਨੂੰ ਆਹ ਹੋ ਗਿਆ। ਕਾਰਨ ਕਿ ਉਸ ਮਾਇਆ ਦੇ ਕਾਰਨ, ਜਿਹਨੂੰ ਬਾਪੂ ਨੇ ਕਹਿਤਾ ਕਾਚਾ ਤਨ ਸੰਚੇ ਬੁਰ ਗਵਾਰ ਮਨਮੁਖ ਬੋਲੇ, ਅੰਧ ਗਵਾਰ ਵਿਖਿਆ ਕੇ ਦਿਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸੱਚਾ ਧਨ ਜੋ ਕਮਾਉਣਾ ਹੈ, ਸੱਚਾ ਧਨ ਗੁਰਮਤੀ ਪਾਏ, ਔਰ ਮਿਲਣਾ ਕਿਵੇਂ, ਸਿਆਣਪ ਨਾਲ ਨਹੀਂ ਮਿਲਣਾ, ਕਿਤੇ ਐਵੇਂ ਬਹੁਤੀ ਪਾਰੀ ਸਿਆਣਪ ਗਿਆਨਵਾਨ ਨਾ ਬਣ ਕੇ ਅਸੀਂ ਅੰਦਰ ਆ ਜਾਈਏ। ਜੋੜਿਆਂ 'ਚ ਰੱਖ ਕੇ ਆ ਜਿੰਨਾ ਤੇਰਾ ਗਿਆਨ ਹੈ, ਜੋੜਿਆਂ 'ਚ ਰੱਖ ਕੇ ਆ, ਅਤੇ ਇੱਥੇ ਆ ਕੇ ਅਤੇ ਨਤਮਸਤਕ ਹੋ ਕੇ ਕੋਈ ਗੱਲ ਕਰ, ਬਾਬਾ ਮੇਰੀ ਮਤ ਲੈ ਲੈ ਅਤੇ ਮੈਨੂੰ ਆਪਣੀ ਮਤ ਦੇ ਦੇ, ਅਤੇ ਮਤ ਗੁਰੂ ਦੀ ਕੋਈ ਹੈ। ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਦੀ ਸੰਭਾਲ, ਪਰਮੇਸ਼ੁਰ ਦੀ ਬੰਦਗੀ, ਗੁਰੂ ਚਰਨਾਂ ਵਿੱਚ ਸੱਚੇ ਸੁੱਚੀਆਂ ਯਾਦਾਂ, ਇਹਨਾਂ ਫਕੀਰਾਂ ਦੀਆਂ ਮਨਾਈਆਂ ਤਦੇ ਸਫਲੀਆਂ ਨੇ ਗੁਰੂ ਪਿਆਰਿਓ, ਜੇ ਉਹਨਾਂ ਵਰਗਾ ਅਸੀਂ ਆਪਣਾ ਜੀਵਨ ਢਾਲ ਸਕੀਏ। ਮਹਾਂਪੁਰਸ਼ਾਂ ਦਾ ਅਤੀ ਸਤਿਕਾਰ ਪਿਆਰ, ਇਹਨਾਂ ਦਾ ਬੇਅੰਤ ਸਤਿਕਾਰ ਹੈ, ਇਹਨਾਂ ਦੇ ਜੋ ਬਖਸ਼ਿਆਂ ਨੇ, ਰਹਿਮਤਾਂ ਨੇ, ਇਹ ਪਿਓ ਦਾਦੇ ਬਜ਼ੁਰਗਾਂ ਤੋਂ ਪਾਈਆਂ ਖੇਡਾਂ ਨੇ ਪਾਈ। ਮੈਂ ਤਾਂ ਛੋਟੇ ਬਚਪਨ 'ਚ ਅਸੀਂ ਇੱਥੇ ਖੇਡਣਾ, ਮਨ ਸਾਹਿਬ ਦੇ ਕੋਲ ਜਦੋਂ ਬਾਬੇ ਕਚਹਿਰੀਆਂ 'ਚ ਆਉਣਾ, ਇੱਥੇ ਆ ਕੇ ਤੁਹਾਡੇ ਡੇਰੇ 'ਚ ਹੀ ਰਹਿਣਾ, ਬਚਪਨ ਵੀ ਇੱਥੇ ਬੀਤਿਆ, ਅਤੇ ਉਹ ਪਿਆਰ, ਉਹ ਸਤਿਕਾਰ ਜੋ ਪਿਓ ਦਾਦੇ ਬਜ਼ੁਰਗ ਬਖਸ਼ਦੇ ਰਹੇ, ਉਹ ਅੱਜ ਇਹਨਾਂ ਤੋਂ ਵੀ ਸਾਨੂੰ ਮਿਲਦਾ ਹੈ। ਬਖਸ਼ਿਆਂ ਨੇ, ਰਹਿਮਤਾਂ ਨੇ, ਦਾਤਾ ਰਹਿਮਤ ਕਰੇ, ਸਾਰਿਆਂ ਦੀਆਂ ਮਨ ਦੀਆਂ ਇੱਛਾਵਾਂ ਗੁਰੂ ਨਾਨਕ ਪੂਰੀਆਂ ਕਰੇ। ਬਾਬਾ ਜੋ ਵੀ ਮੰਗਦੇ ਨੇ ਸੰਸਾਰ ਦੇ, ਭਰਦੇ ਝੋਲੀਆਂ, ਦਿੰਦਾ ਦੇ, ਲੈਂਦੇ ਥੱਕ ਪਾਏ ਕਰਦੇ, ਪਰ ਕਿਣਕਾ ਉਸ ਦਾਤ ਦਾ ਜ਼ਰੂਰ ਇਹਨਾਂ ਦੀ ਝੋਲੀ 'ਚ ਪਾਈ, ਜਿਹਦੇ ਨਾਲ ਇਹਨਾਂ ਦਾ ਲੋਕ ਅਤੇ ਪ੍ਰਲੋਕ ਸਵਰ ਸਕੇ। ਇਤਨੀ ਇੱਕ ਸੇਵਾ ਪ੍ਰਵਾਨ ਕਰਨੀ। ਆਪ ਸਭਨਾਂ ਦਾ ਕੋਟਾਨ ਕੋਟ ਧੰਨਵਾਦ ਹੈ। ਗੁਰੂ ਕੇ ਕੀਰਤਨੀਏ ਬੈਠੇ ਨੇ, ਖੇਵਾਂ ਦੀ ਜਾਚਨਾ ਹੈ, ਗੁਰੂ ਹਰਿਮੰਦਰ ਸਾਹਿਬ ਦੇ ਰਾਮਦਾਸ ਪਾਤਸ਼ਾਹ ਦੀ ਧਰਤੀ ਦੇ ਕੀਰਤਨੀਏ ਨੇ ਭਾਈ, ਬਖਸ਼ਾਂ ਵਾਲੇ, ਰਹਿਮਤਾਂ ਵਾਲੇ, ਉਹਨਾਂ ਦੇ ਕੀਰਤਨ ਸਰਵਣ ਕਰੋ। ਇਤਨੀ ਇੱਕ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।